ਪੂਰਾ ਮਾਮਲਾ ਹੈ ਜੀ ਟੈਕਸ ਪੇ ਜਾਂਦਾ। ਗੋਲਡ ਦੇ ਆਰਨਾਮੈਂਟਸ ਟੂ ਰੇਲਵੇਜ਼ ਸ਼ਿਫਟ ਕੀਤੇ ਜਾਂਦੇ ਨੇ ਜੀ, ਜਿਹਦੇ ਵਿੱਚ ਕਈ ਵਾਰੀ ਮੇਰਾ ਨਾਮ ਹੈ ਭੁਪਿੰਦਰਜੀਤ ਸਿੰਘ, ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ STO, ਸਟੇਟ ਟੈਕਸ ਆਫਿਸ। ਪੂਰਾ ਮਾਮਲਾ ਹੈ ਜੀ ਟੈਕਸ ਇਵੇਜ਼ਨ ਦਾ। ਗੋਲਡ ਦੇ ਆਰਨਾਮੈਂਟਸ ਟੂ ਰੇਲਵੇਜ਼ ਸ਼ਿਫਟ ਕੀਤੇ ਜਾਂਦੇ ਨੇ ਜੀ, ਜਿਹਦੇ ਵਿੱਚ ਕਈ ਵਾਰੀ ਪ੍ਰੋਪਰ ਡਾਕੂਮੈਂਟਸ ਨਹੀਂ ਹੁੰਦੇ ਜਾਂ ਟੈਕਸ ਪੇਡ ਨਹੀਂ ਹੁੰਦਾ, ਤਾਂ ਉਹ ਇਵੇਜ਼ਨ ਚੈੱਕ ਕਰਨ ਲਈ ਸਪੈਸ਼ਲ DGP ਰੇਲਵੇ ਸ਼੍ਰੀ ਸ਼ਸ਼ੀ ਪ੍ਰਭਾ ਤ੍ਰਿਵੇਦੀ ਜੀ ਦੇ ਹੁਕਮਾਂ ਦੇ ਅਨੁਸਾਰ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ, ਜਿਹਦੇ ਵਿੱਚ SHO ਸਾਹਿਬ ਸਰ ਜਸਮੀਤ ਸਿੰਘ ਜੀ, HC ਸ਼੍ਰੀ ਦੇਵਰਾਜ ਜੀ, ਸਾਡੇ ETC ਸਰ ਭਾਗ ਸਿੰਘ ਜੀ ਜਿਹੜੇ ਹੈਗੇ, ਉਹਨਾਂ ਨੇ ਸਾਡੀਆਂ ਡਿਊਟੀਆਂ ਲਗਾਈਆਂ ਸੀ। ਉਹਦੇ ਤਹਿਤ ਅਸੀਂ 2 ਕੇਸਿਸ ਇੰਟਰਸੈਪਟ ਕੀਤੇ ਸੀ, ਜਿਹਦੇ 'ਚ ਕ੍ਰਮਵਾਰ 12,70,000, 5,90,000 ਰੁਪਏ ਜੁਰਮਾਨਾ ਹੋਇਆ, ਔਰ ਉਹ ਜੁਰਮਾਨਾ ਭਰਾ ਕੇ ਪਾਰਟੀਜ਼ ਨੂੰ ਉਹਨਾਂ ਦਾ ਮਾਲ ਵਾਪਸ ਕੀਤਾ। ਮਾਲ ਮੰਨ ਕੇ ਚੱਲੋ, ਇੱਕ ਕੇਸ 'ਚ ਤਕਰੀਬਨ 40 ਲੱਖ ਸੀ, ਔਰ ਦੂਸਰੇ ਕੇਸ 'ਚ ਤਕਰੀਬਨ 20 ਲੱਖ ਦਾ ਮਾਲ ਸੀ। ਅੱਗੇ ਬਿਲਕੁਲ ਇਸੇ ਸੇਮ ਤਰਜ਼ 'ਤੇ ਅਸੀਂ ਚੈਕਿੰਗ ਦੀਆਂ ਟੀਮਾਂ ਲੱਗੀਆਂ, 24 ਘੰਟੇ ਅਸੀਂ ਦੁਬਾਰਾ ਇਹਨਾਂ ਨੂੰ ਚੈਕਿੰਗ ਕਰਾਂਗੇ। ਜਦੋਂ ਤੱਕ ਸਾਨੂੰ ਇਹ ਯਕੀਨ ਨਹੀਂ ਹੋ ਜਾਂਦਾ ਕਿ ਟੈਕਸ ਵੇਜਨ ਨੂੰ ਠੱਲ ਨਹੀਂ ਪਾਈ ਜਾਂਦੀ, ਤਾਂ ਸਾਡੀ ਜਿਹੜੀ ਟੀਮ ਹੈਗੀ ਆ ਉਹ ਇਸੇ ਤਰੀਕੇ ਨਾਲ ਵੇਨ ਕੋਆਰਡੀਨੇਸ਼ਨ ਵਿਦ ਦਾ ਰੇਲਵੇ ਆਫੀਸ਼ੀਅਲਸ ਅਸੀਂ ਇਹ ਚੈਕਿੰਗ ਕਰਦੇ ਰਹਾਂਗੇ। ਸਾਡੇ ਰੋਸਟਰ ਬਣੇ ਹੋਏ ਨੇ, ਬਿਨਾਂ ਬਿੱਲ ਤੋਂ ਮਾਲ ਆ ਰਿਹਾ, ਬਿਨਾਂ ਬਿੱਲ ਤੋਂ ਵੀ ਹੈ, ਔਰ ਕਈ ਜਾਂ 'ਚ ਕੀ ਹੈ ਕਿ ਟੈਕਸ ਪੇਡ ਨਹੀਂ ਹੈ, ਜਾਂ ਮਾਲ ਦਾ ਕੁਛ ਫਰਕ ਹੈ, ਜਾਂ ਬਿੱਲ ਜਾਰੀ ਨਹੀਂ ਕੀਤੇ ਗਏ, ਜਾਂ ਉਧਰੋਂ ਪਰਚੇਜ਼ ਕਰਕੇ ਬਿਨਾਂ ਬਿੱਲ ਤੋਂ ਮਾਲ ਲਿਆਉਂਦੇ, ਕਈ ਇਹਦੇ 'ਚ ਲਕੂਨਸ ਪਾਏ ਗਏ ਸੀ।